वाहिगुरु जी का खालसा, वाहिगुरु जी की फतेह। मेरा माण, मेरा पिंड चैनल ते असीं तुहाडा स्वागत करदे हां। अज लोगों को भारी राहत देंदे हुए जिला प्रशासन जलंधर वल्लों रेते दीआं जिहड़ीआं रिटेल कीमतां आ उह तय कर दित्तीआं गईआं आ। जिवें कि तुहानूं पता है कि बीते दिनों दे विच मुख्यमंत्री चरण सिंह चन्नी वल्लों जो रेते की जिहड़ी कीमत आ 5.5 रुपए प्रति फुट हिसाब दे नाल जिहड़ी आ खाना उत्थों दी जिहड़ी कीमत तय कीती गई सी, पर जिहड़ी अजे तक पंजाब निवासी है जां पई ग्राहकां नूं जिहड़ी आ रेता अजे तक भी महंगे भाव ते जिहड़ा उह मिल रिहा सीगा। सो सारे भागीदारां वल्लों अज ट्रांसपोर्टेशन अते होर खर्चा समेत नवीं दरां तुरंत प्रभाव नाल लागू करन दी जिहड़ी सहमति उह दे दित्ती है, कहा डिप्टी कमिश्नर ने। ठेकेदारां नूं 2 दिनां दे अंदर अंदर सारियां माइनिंग साइटां दा संचालन यकीनी बनाउण दे दित्ते गए निर्देश। इन्हां दरां दी उलंघना करन ते सख्त कानूनी कार्रवाई करन दी दित्ती गई है चेतावनी। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਸਤੇ ਭਾਅ 'ਤੇ ਰੇਤੇ ਦੀ ਉਪਲਬਧਤਾ ਨੂੰ ਯਕੀਨੀ ਬਣਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਹੋਰ ਉਪਰਾਲਾ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਠੇਕੇਦਾਰਾਂ, ਟਰਾਂਸਪੋਰਟਰਾਂ ਅਤੇ ਰਿਟੇਲ ਵਿਕਰੇਤਾਵਾਂ ਸਮੇਤ ਸਾਰੇ ਭਾਗੀਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਵੱਖ ਵੱਖ ਮਿਊਂਸਪਲੀ ਖੇਤਰਾਂ ਲਈ ਰੇਤੇ ਦੀਆਂ ਰਿਟੇਲ ਕੀਮਤਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋੜੀ ਨੇ ਸਪਸ਼ਟ ਕਿਹਾ ਕਿ ਰੇਤੇ ਦੀਆਂ ਰਿਟੇਲ ਕੀਮਤਾਂ ਨਿਸ਼ਚਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਸੂਬਾ ਸਰਕਾਰ ਵੱਲੋਂ ਰੇਤੇ ਦੇ ਰੇਟਾਂ ਵਿੱਚ ਕਟੌਤੀ ਕਰਕੇ ਦਿੱਤੀ ਗਈ ਰਾਹਤ ਲੋਕਾਂ ਤੱਕ ਪਹੁੰਚਾਈ ਜਾ ਸਕੇ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਲੰਧਰ ਸ਼ਹਿਰ ਦੇ ਮਿਊਂਸਪਲ ਏਰੀਏ ਵਿੱਚ 15 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਰਿਟੇਲ ਆਊਟਲੈਟ 'ਤੇ ਉਪਲਬਧ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਫਲੌਰ, ਨਕੋਦਰ, ਨੂਰਮਹਿਲ ਵਿੱਚ 11.5 ਰੁਪਏ, ਮੈਤਪੁਰ, ਸ਼ਾਹਕੋਟ ਵਿੱਚ 11 ਰੁਪਏ, ਬੈਲਗਾ ਅਤੇ ਲੋਹੀਆਂ ਵਿੱਚ 12 ਰੁਪਏ ਪ੍ਰਤੀ ਕਿਊਬਿਕ ਫੁੱਟ, ਗੁਰਾਇਆਂ ਅਤੇ ਕਰਤਾਰਪੁਰ ਵਿੱਚ 13 ਰੁਪਏ ਪ੍ਰਤੀ ਫੁੱਟ ਜੋ ਕਿ ਬਿਆਸ ਤੋਂ, ਭੋਗਪੁਰ ਵਿੱਚ 14 ਰੁਪਏ ਇਹ ਵੀ ਬਿਆਸ ਤੋਂ ਅਤੇ 15 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਆਦਮਪੁਰ ਅਤੇ ਅਲਾਪਰਪੁਰ ਮਿਊਂਸਪਲ ਖੇਤਰਾਂ ਵਿੱਚ ਰੇਤਾ ਮੁਹੱਈਆ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਉਂਕਿ ਇਹਨਾਂ ਨਵੀਆਂ ਰਿਟੇਲ ਦਰਾਂ ਦੇ ਅਤੇ ਸਾਰੇ ਭਾਗੀਦਾਰਾਂ ਵੱਲੋਂ ਸਹਿਮਤੀ ਦਿੱਤੀ ਗਈ ਹੈ, ਇਸ ਲਈ ਇਹਨਾਂ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ FIR ਸਮੇਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਸ਼੍ਰੀ ਥੋਰੀ ਨੇ ਅੱਗੇ ਸਪਸ਼ਟ ਕਿਹਾ ਕਿ ਇਹ ਦਰਾਂ ਸਿਰਫ ਰਿਟੇਲਰਾਂ ਦੇ ਆਊਟਲੈਟ 'ਤੇ ਰੇਤ ਦੀ ਉਪਲਬਧਤਾ ਹੁੰਦੀ ਹੈ ਅਤੇ ਗ੍ਰਾਹਕ ਦੇ ਸਥਾਨ 'ਤੇ ਇਸ ਦੀ ਅੱਗੇ ਡਿਲੀਵਰੀ ਵਿੱਚ ਵਾਧੂ ਟਰਾਂਸਪੋਰਟੇਸ਼ਨ ਖਰਚੇ ਸ਼ਾਮਲ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਠੇਕੇਦਾਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਜ਼ਿਲ੍ਹੇ ਵਿੱਚ ਸਾਰੀਆਂ ਮਾਈਨਿੰਗ ਸਾਈਟਾਂ ਸੰਚਾਲਿਤ ਹੋਣ ਤਾਂ ਜੋ ਰੇਤੇ ਦੀ ਕੋਈ ਕਮੀ ਨਾ ਹੋਵੇ। ਉਹਨਾਂ ਸਮੂਹ ਟਰਾਂਸਪੋਰਟਰਾਂ, ਠੇਕੇਦਾਰਾਂ ਅਤੇ ਰਿਟੇਲ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਹੈ ਤਾਂ ਉਹ ਬੇਝਿਜਕ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਸਾਰੇ ਭਾਗੀਦਾਰਾਂ ਨਾਲ ਆਪਣਾ ਨਿੱਜੀ ਮੋਬਾਈਲ ਨੰਬਰ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਪੰਜਾਬ ਸਟੇਟ ਸੈਂਡ ਐਂਡ ਗ੍ਰੈਵਲ ਮਾਈਨਿੰਗ ਪਾਲਿਸੀ 2021 ਨੂੰ ਪੈਟ ਹੈਂਡ ਤੋਂ 5.5 ਰੁਪਏ ਪ੍ਰਤੀ ਕਿਊਬਿਕ ਫੁੱਟ ਟਰਾਂਸਪੋਰਟੇਸ਼ਨ ਖਰਚ ਛੱਡ ਕੇ ਦੇ ਹਿਸਾਬ ਨਾਲ ਰੇਤਾ ਅਤੇ ਗਟਕੇ ਮੁਹੱਈਆ ਕਰਵਾਉਣ ਲਈ ਲਾਗੂ ਕੀਤਾ ਜਾ ਚੁੱਕਾ ਹੈ। ਪ੍ਰਸ਼ਾਸਨ ਨੂੰ ਪੰਜਾਬ ਵੱਲੋਂ ਦਿੱਤੀ ਗਈ ਰਾਹਤ ਦੇ ਬਾਵਜੂਦ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੇ ਹੱਲ ਲਈ ਰਿਟੇਲ ਕੀਮਤਾਂ ਨਿਰਧਾਰਿਤ ਕਰਨਾ ਜ਼ਰੂਰੀ ਹੋ ਗਿਆ ਸੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਵੱਧ ਪੈਸੇ ਵਸੂਲਣ ਸੰਬੰਧੀ ਤੁਰੰਤ ਕਾਰਵਾਈ ਕਰਨ ਲਈ ਜਾਣਕਾਰੀ ਵਟਸਐਪ ਨੰਬਰ 9501719068। ਇੱਕ ਵਾਰ ਫਿਰ ਨੰਬਰ ਰਿਪੀਟ ਕਰ ਦਿੰਦੇ ਹਾਂ, 9501719068 'ਤੇ ਸਾਂਝੀ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਰਿਟੇਲ ਕੀਮਤਾਂ ਨਿਸ਼ਚਿਤ ਕਰਨ ਤੋਂ ਬਾਅਦ ਵਿਕਰੇਤਾਵਾਂ ਵਿਰੁੱਧ ਜੇਕਰ ਵਾਧੂ ਪੈਸੇ ਵਸੂਲਣ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਇਸ ਨੂੰ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ 'ਤੇ ਸਿਵਲ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਠੇਕੇਦਾਰ, ਰਿਟੇਲਰ ਤੋਂ ਇਲਾਵਾ ਟਰਾਂਸਪੋਰਟਰ ਵੀ ਹਾਜ਼ਰ ਸਨ।